11ਵੇਂ ਗੇੜ ਦੀ ਗੱਲਬਾਤ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਕਾਰ ਹੋਈ ਆ ਪਰ ਕੋਈ ਮੁੱਦਾ ਨਹੀਂ ਹੱਲ ਹੋਇਆ ਜੀ MSP ਨੂੰ ਲੈ ਕੇ ਜਿਹੜਾ ਉਹ ਨਹੀਂ ਹੋ ਰਿਹਾ ਮੁੱਦਾ ਕੀ ਕਹਿਣਾ ਚਾਹੋਗੇ ਜੀ ਮੋਦੀ ਸਰਕਾਰ ਹੈ ਸਾਨੂੰ ਵਾਰ ਵਾਰ ਸੱਦ ਕੇ ਫਿਰ ਟਕਰਾ ਦਿੰਦੀ ਆ ਫਿਰ ਅਗਲੀ ਮੀਟਿੰਗ ਪਾ ਦਿੰਦੀ ਆ ਅਤੇ ਕੋਈ ਫੈਸਲਾ ਨਹੀਂ ਕੱਲ੍ਹ ਇਹਨਾਂ ਨੇ ਜਿਹੜੀ ਪਹਿਲੀ ਮੀਟਿੰਗ ਆ ਜਿਹੜੀ ਐਜੂਕੇਸ਼ਨ ਮਿਨਿਸਟਰੀ ਗੇਟ ਦੀ ਮੀਟਿੰਗ ਉਹਦੇ ਵਿੱਚ ਇਹਨਾਂ ਨੇ ਕਹਿ ਦਿੱਤਾ BCG ਨੂੰ ਸਸਪੈਂਡ ਕਰ ਦਿੰਦੇ ਆ ਸਸਪੈਂਡ ਦਿੱਤੇ ਸਾਡੇ ਕਿਸਾਨ ਸਾਰੇ ਰਾਜੀ ਨਹੀਂ ਗਏ ਕਿ ਫਿਰ 1.5 ਸਾਲ ਨੂੰ ਬੀਜਣ ਨੂੰ ਬਹਾਲ ਕਰ ਦੇਣਗੇ ਇਸ ਕਰਕੇ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਆ ਮਤਲਬ ਸਾਰੇ ਅੱਜ ਅਸੀਂ ਇੱਥੋਂ ਅਟਾਰੀ ਦੇ ਤੋਂ ਮਤਲਬ ਟਰੈਕਟਰ ਰੈਲੀ ਕੱਟ ਰਹੇ ਹਾਂ ਜਿਹੜੀ ਕਿ ਦਿੱਲੀ ਨੂੰ ਜਾ ਰਹੀ ਆ ਮਤਲਬ ਬਹੁਤ ਕਿਸਾਨ ਸਾਰੇ ਜ਼ੋਰਾਂ ਜ਼ੋਰਾਂ ਨਾਲ ਪਹੁੰਚ ਗਏ ਅਤੇ ਸਾਰੇ ਮਾਲਪੁਰ ਠੀਕ ਹੈ ਅੱਜ ਤੁਸੀਂ ਰੈਲੀ ਲੈ ਕੇ ਦਿੱਲੀ ਰਵਾਨਾ ਹੋ ਰਹੇ ਜੀ ਅਟਾਰੀ ਪਾਰਕ ਤੋਂ ਕੀ ਕਹਿਣਾ ਚਾਹੋਗੇ ਅਸੀਂ ਇਹੋ ਕਹਿਣਾ ਚਾਹੁੰਦੇ ਜੋ ਮੋਦੀ ਸਰਕਾਰ ਨੇ 3 ਕਾਲੇ ਕਾਨੂੰਨ ਖੇਤੀ ਦੇ ਥੋਪੇ ਆ ਉਹਨਾਂ ਨੂੰ ਰੱਦ ਕਰਾਉਣ ਵਾਸਤੇ 26 ਤਰੀਕ ਨੂੰ ਵੱਧ ਤੋਂ ਵੱਧ ਦਿੱਲੀ ਜਾਣ ਦੀ ਸਮਰੱਥਾ ਵਾਸਤੇ ਅੱਜ ਰੋਸ ਮੁਜ਼ਾਹਰਾ ਕਰ ਰਹੇ ਆਪਾਂ ਅੱਜ 11ਵੇਂ ਗੇੜ ਦੀ ਗੱਲਬਾਤ ਹੋ ਰਹੀ ਹੈ ਕਿਸਾਨਾਂ ਅਤੇ ਮੋਦੀ ਸਰਕਾਰ ਦੇ ਵਿਚਕਾਰ ਜੇ ਨਹੀਂ ਮਸਲਾ ਹੱਲ ਹੁੰਦਾ ਤਾਂ ਫਿਰ ਕੀ ਕਰੋਗੇ ਫਿਰ ਕੀ ਕਰਨਾ ਹੈ ਫਿਰ 26 ਤਰੀਕ ਨੂੰ ਝੰਡਾ ਕਿਸਾਨ ਹੀ ਚੜਾਉਣਗੇ ਅਤੇ 2 ਮਹੀਨੇ ਦੇ ਕਰੀਬ ਹੋ ਗਏ ਆ ਸਰਕਾਰ ਜਿਹੜੀ ਆ ਉਹ MSP ਨੂੰ ਲੈ ਕੇ ਅੜੀ ਹੋਈ ਆ ਅਤੇ ਕਿਸਾਨ ਵੀ ਅੜੇ ਹੋਏ ਆ ਹਾਂਜੀ ਹਾਂਜੀ ਪਰ ਮੋਦੀ ਸਰਕਾਰ ਕਿਸੇ ਤੌਰ 'ਤੇ ਨਾ ਆਉਂਦੀ ਨਹੀਂ ਕਿਸੇ ਆਉਂਦੀ ਭਾਲੇ ਤੋਂ ਬਸ ਇੱਦਾਂ ਆਰੇ ਟਾਲੇ ਕਰਨ ਲਈ ਸਰਕਾਰ ਜੇ 11ਵੇਂ ਦੇ ਗੇੜ ਦੇ ਵਿੱਚ ਵੀ ਗੱਲਬਾਤ ਨਹੀਂ ਲੱਗਦੀ ਅਤੇ ਫਿਰ ਉੱਥੇ ਡਟੇ ਰਹੋਗੇ ਕਿ ਉੱਥੇ ਡਟੇ ਰਹਾਂ ਜਿੰਨਾ ਚਿਰ ਮੋਦੀ ਸਰਕਾਰ ਕਾਲੇ ਕਾਨੂੰਨ ਨੇ ਆਪਣੇ ਵਾਪਸ ਲੈਂਦੀ ਉਹਦੇ ਚਿਰ ਕਿਸਾਨ ਉੱਥੇ ਡਟੇ ਰਹੇ ਮੈਡਮ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਜਗਦੀਪ ਸਿੰਘ ਹੈ ਜੀ ਨੰਬਰਦਾਰ ਪਿੰਡ ਰਣੀਕੇ ਅੱਜ ਤੁਸੀਂ ਰੈਲੀ ਦੇ ਵਿੱਚ ਰਵਾਨਾ ਹੋਏ ਜੀ ਜਿਹੜੀ ਅੰਮ੍ਰਿਤਸਰ ਤੋਂ ਹੋ ਕੇ ਦਿੱਲੀ ਨੂੰ ਰਵਾਨਾ ਹੋ ਰਹੀ ਆ ਕੀ ਕਹਿਣਾ ਚਾਹੋਗੇ ਇਹ ਕਾਲੇ ਕਾਨੂੰਨ ਜਿਹੜੇ ਆ ਇਹ ਵਾਪਸ ਹੋਣੇ ਚਾਹੀਦੇ ਨੇ ਅਤੇ ਜਿੰਨਾ ਚਿਰ ਇਹ ਵਾਪਸ ਨਹੀਂ ਹੁੰਦੇ ਉਨਾ ਚਿਰ ਅਸੀਂ ਜਿਹੜਾ ਵਾ ਇਹ ਧਰਨਾ ਜਿਹੜਾ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਠੀਕ ਹੈ ਮਹਾਵਾ ਬਾਰਡਰ ਕਿਸਾਨ ਯੂਨੀਅਨ ਦੇ ਡਿਸਟ੍ਰਿਕਟ ਪ੍ਰਧਾਨ ਅੰਮ੍ਰਿਤਸਰ ਅੰਤਰਰਾਸ਼ਟਰੀ ਅਟਾਰੀ ਸਰਹੱਦ ਤੋਂ ਅੰਤਰਰਾਸ਼ਟਰੀ ਲਾਹੌਰ ਹਾਈਵੇ ਰੋਡ ਤੋਂ ਰੈਲੀ ਦਿੱਲੀ ਨੂੰ ਰਵਾਨਾ ਹੋ ਰਹੀ ਆ ਇਸ ਬਾਰੇ 58 ਦਿਨ ਹੋ ਗਏ ਆ ਮੋਦੀ ਸਰਕਾਰ ਕਿਸੇ ਪਾਸੇ ਨਹੀਂ ਲੱਗ ਰਹੀ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਵੀ ਸਾਰੇ ਚੰਨ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਪਤਾ ਲੱਗ ਰਿਹਾ ਵੀ ਕੀ ਕੁਛ ਹੋ ਰਿਹਾ ਵਾ ਅੱਜ 58 ਦਿਨ ਸਾਡੇ ਕਿਸਾਨ ਮਜ਼ਦੂਰ ਵੀਰ ਜਿਹੜੇ ਦਿੱਲੀ ਵਿੱਚ ਜਾ ਕੇ ਬੈਠੇ ਨੇ ਅਤੇ ਮੋਦੀ ਸਰਕਾਰ ਸੈਂਟਰ ਸਰਕਾਰ ਇਹਦੇ ਬਾਰੇ ਕੋਈ ਵੀ ਮਸਲਾ ਸਾਡਾ ਹੱਲ ਨਹੀਂ ਕਰਨ ਰਹੀ ਜਿੰਨੇ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਸਾਡੇ ਕਿਸਾਨ ਵੀਰ ਜਿਹੜੇ ਦਿੱਲੀ ਵਿੱਚ ਗਏ ਨੇ ਇਹ ਸਾਰੇ ਦਿੱਲੀ ਵਿੱਚ ਡਟ ਕੇ ਰਹਿਣਗੇ ਉਸ ਤੋਂ ਬਾਅਦ ਜਿਹੜੀ 26 ਦੀ ਰੈਲੀ ਆ 26 ਦੀ ਰੈਲੀ ਵਿੱਚ ਬਹੁਤ ਵੱਡਾ ਸਾਡੇ ਕਿਸਾਨਾਂ ਦਾ ਇਕੱਠ ਹੋ ਰਿਹਾ ਹਜ਼ਾਰਾਂ ਲੱਖਾਂ ਦੀ ਤਦਾਦ ਵਿੱਚ ਟਰੈਕਟਰ ਜਾ ਰਹੇ ਨੇ ਟਰੈਕਟਰ ਕਾਰਾਂ ਦੇ ਲੋਕ ਵੀਰ ਜਿਹੜੇ ਆ ਇਹ ਸ਼ਿਰਕਤ ਕਰ ਰਹੇ ਦਿੱਲੀ ਵਿੱਚ ਠੀਕ ਹੈ ਜੀ ਸਿੰਘ ਪੰਨੋ ਪਿੰਡ ਰਣੀਕੇ ਜੀ 58 ਦਿਨ ਹੋ ਗਏ ਕਿਸਾਨਾਂ ਨੂੰ ਖੁੱਲ੍ਹੇ ਅਸਮਾਨ ਥੱਲੇ ਰਾਤਾਂ ਬਿਤਾਉਂਦਿਆਂ ਨੂੰ ਮੋਦੀ ਸਰਕਾਰ ਮੰਨ ਨਹੀਂ ਰਹੀ MSP ਨੂੰ ਲੈ ਕੇ ਕੀ ਕਹੋਗੇ ਤੁਸੀਂ ਜਿੰਨਾ ਚਿਰ ਮੋਦੀ ਸਾਹਿਬ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਕਰਦਾ ਅਸੀਂ ਧਰਨੇ 'ਤੇ ਹੀ ਬੈਠੇ ਰਹਾਂਗੇ ਅੱਜ 11ਵੇਂ ਗੇੜ ਦੀ ਗੱਲਬਾਤ ਆ ਉਹਦੇ ਵਿੱਚ ਜੇ ਨਹੀਂ ਫੈਸਲਾ ਆਉਂਦਾ ਤਾਂ ਬੈਠੇ ਰਹੋਗੇ ਉੱਥੇ ਬੈਠੇ ਰਹਾਂਗੇ ਜਿੰਨਾ ਚਿਰ ਫੈਸਲਾ ਨਹੀਂ ਆਉਂਦਾ ਮੈਦਾਨ 'ਚ ਹੀ ਡਟੇ ਰਹਾਂਗੇ ਅਤੇ ਅੱਜ ਕਿੱਥੋਂ ਰੈਲੀ ਰਵਾਨਾ ਹੋ ਰਹੀ ਦਿੱਲੀ ਨੂੰ ਇੱਥੋਂ ਅਟਾਰੀ ਦਾਣਾ ਮੰਡੀ ਤੋਂ ਅੱਛਾ ਜੀ ਇਹ ਤਾਂ ਅੰਮ੍ਰਿਤਸਰ ਵਾਸਤੇ ਹੀ ਆ ਹਾਂਜੀ ਬਾਅਦ ਵਿੱਚ ਅਸੀਂ 23-24 ਨੂੰ ਟਰਾਲੀਆਂ ਲੈ ਕੇ ਦਿੱਲੀ ਨੂੰ ਰਵਾਨਾ ਹੋਵਾਂਗੇ ਠੀਕ ਹੈ ਜੀ ਅਤੇ